ਅਸਲਾਮ ਅਲੈਕਮ ਤਮਾਮ ਦੋਸਤਾਂ ਨੂੰ ਫਾਰਮਰ ਗਾਈਡ YouTube ਚੈਨਲ ਵਿੱਚ ਖੁਸ਼ ਆਮਦੀਦ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀ ਇੱਕ ਬੜੀ ਨੁਕਸਾਨ ਦੇ ਸੁੰਡੀ ਹੈ ਔਰ ਜਿੰਦਾ ਹਾਲੇ ਤੱਕ ਕੁਝ ਕੰਪਨੀਆਂ ਨੇ ਇਲਾਜ ਦਰਫਤ ਕੀਤਾ ਹੈ ਔਰ ਕੁਝ ਹਾਲੇ ਤੱਕ ਵੀ ਇਹਦੇ ਬਾਰੇ ਤਹਿਕੀਕ ਕਰ ਰਹੀਆਂ ਨੇ ਤੇ ਦੋਸਤੋ ਉਹ ਹੈ ਫਾਲ ਆਰਮੀ ਵਰਮ ਯਾਨੀ ਕਿ ਆਰਮੀ ਸੁੰਡੀ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਇਹ ਕਿਸ ਕਿਸ ਫਸਲ ਦਾ ਹਾਰ ਦਾ ਨੁਕਸਾਨ ਕਰਦੀ ਹੈ ਔਰ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਔਰ ਹੇਕ ਇੱਕ ਦਿਨ ਵਿੱਚ ਕਈ ਕਈ ਇਹ ਪੌਦੇ ਖਤਮ ਕਰ ਦਿੰਦੀ ਹੈ ਲਿਆਜ਼ਾ ਅੱਜ ਤੁਹਾਨੂੰ ਦੱਸਾਂਗੇ ਕਿ ਇਹਦੀ ਨਿਸ਼ਾਨੀ ਕੀ ਹੈ ਆਪਾਂ ਕਿਵੇਂ ਪਛਾਣ ਕਰ ਸਕਨੇ ਆ ਕਿ ਮੇਰੀ ਮੱਕੀ ਦੀ ਫਸਲ ਤੇ ਅਗਰ ਮੱਕੀ ਦੀ ਫਸਲ ਤੇ ਅਟੈਕ ਕਰਦੀ ਕਿਉਂਕਿ ਮੱਕੀ ਦੀ ਫਸਲ ਤੇ ਇਹ ਸੁੰਡੀ ਜ਼ਿਆਦਾ ਅਟੈਕ ਕਰਦੀ ਹੈ ਪੌਦੇ ਤੇ ਅਟੈਕ ਕਰਦੀ ਜਹਾਂ ਤੱਕ ਕਿ ਛੱਲੀ ਤੱਕ ਅਟੈਕ ਕਰਦੀ ਹੈ ਛੱਲੀ ਨੂੰ ਵੀ ਖਾ ਜਾਂਦੀ ਹੈ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਫਾਲ ਆਰਮੀ ਵਰਮ ਦੀ ਪਛਾਣ ਕੀ ਹੈ ਔਰ ਇਹ ਕਿਵੇਂ ਨੁਕਸਾਨ ਕਰਦੀ ਹੈ ਪਹਿਲੀ ਗੱਲ ਤਾਂ ਦੋਸਤੋ ਇਹ ਵੇਖ ਕੇ ਇਹਦਾ ਜਿਹੜਾ ਪਰਵਾਨਾ ਹੈ ਉਹ ਜਦੋਂ ਅੰਡੇ ਦਿੰਦਾ ਹੈ ਪੌਦੇ ਦੇ ਉੱਤੇ ਪੱਤੇ ਦੇ ਉੱਤੇ ਤੇ ਉਹ ਜਿੱਲੀ ਦੇ ਵਿੱਚੋਂ ਕਮ ਜ਼ਕਮ ਉਹ ਇੱਕ ਜਿੱਲੀ ਦੇ ਵਿੱਚ 200 ਅੰਡਾ ਹੁੰਦਾ ਹੈ 200 ਅੰਡੇ ਵਿੱਚੋਂ ਜਿਹੜੇ ਬੱਚੇ ਨੇ ਉਹ ਤਿੰਨਾਂ ਦਿਨਾਂ ਦੇ ਅੰਦਰ ਦੋ ਤੋਂ ਤਿੰਨਾਂ ਦਿਨਾਂ ਦੇ ਅੰਦਰ ਬਾਹਰ ਨਿਕਲ ਆਂਦੇ ਨੇ ਜਦੋਂ 200 ਬੱਚਾ ਅੱਗੇ ਫੈਲਦਾ ਹੈ ਤੇ ਉਹਨੇ ਦਿਨਾਂ ਦੇ ਵਿੱਚ ਮਕਈ ਦੇ ਪਲਾਟ ਦੇ ਪਲਾਟ ਖਤਮ ਕਰ ਦਿੰਦਾ ਫਾਲ ਆਰਮੀ ਵਰਮ ਤੇ ਇਹ ਜਲਦ ਕੀਤਾ ਕੰਟਰੋਲ ਵੀ ਨਹੀਂ ਹੁੰਦੀ ਫਿਉਰਾ ਡਾਊਨ ਨਾਲ ਫਿਉਰਾ ਡਾਊਨ ਨੂੰ ਸਪਰੇਅ ਲਾ ਕੇ ਤੁਸੀਂ ਅਗਰ ਡਾਲੋ ਕੌਂਪਲਾਂ ਵਿੱਚ ਤਾਂ ਵੀ ਇਹ ਜਲਦੀ ਕੰਟਰੋਲ ਨਹੀਂ ਹੋਈ। ਲਿਆਜ਼ਾ ਮੈਂ ਨੂੰ ਕੰਟਰੋਲ ਇਹਦਾ ਕੀਤਾ ਹੈ ਔਰ ਜਿਹੜੇ ਸਪਰੇਅ ਨਾਲ ਮੈਂ ਕੰਟਰੋਲ ਕੀਤਾ ਉਹ ਵੀ ਤੁਹਾਨੂੰ ਦੱਸਾਂਗਾ। ਔਰ ਤੁਹਾਨੂੰ ਇਹਦੀ ਪਛਾਣ ਦੱਸਦਾ ਚੱਲਾਂ। ਇਹ ਹੈ ਜੀ ਫਾਲ ਆਰਮੀ ਵਰਮ। ਔਰ ਦੋਸਤੋ ਇਹਦਾ ਜ਼ਿਆਦਾਤਰ ਅਟੈਕ ਮੱਕੀ ਤੇ ਹੁੰਦਾ ਹੈ। ਜ਼ਿਆਦਾ ਨੁਕਸਾਨ ਇਹ ਮੱਕੀ ਨੂੰ ਹੀ ਪਹੁੰਚਾਉਂਦੀ ਹੈ ਸਭ ਤੋਂ ਪਹਿਲੀ ਇਹਦੀ ਇਹ ਨਿਸ਼ਾਨੀ ਹੈ ਕਿ ਇਹ ਸੁੰਡੀ ਜਦੋਂ ਪੱਤੇ ਨੂੰ ਖਾਂਦੀ ਹੈ ਜਾਂ ਕੋਮਪਲ ਦੇ ਵਿੱਚ ਚਲੀ ਜਾਂਦੀ ਹੈ ਕੋਮਪਲ ਨੂੰ ਖਾਂਦੀ ਹੈ ਤੇ ਸਭ ਤੋਂ ਵੱਡੀ ਇਹਦੀ ਇਹ ਨਿਸ਼ਾਨੀ ਹੈ ਪਹਿਲੀ ਨਿਸ਼ਾਨੀ ਹੈ ਕਿ ਇਹ ਕੋਮਪਲ ਨੂੰ ਜਾਂ ਪੱਤੇ ਨੂੰ ਇੱਕ ਜਗ੍ਹਾ ਸ਼ਿਰੂ ਨਹੀਂ ਹੁੰਦੀ ਯਾਨੀ ਕਿ ਜਿਹੜੀ ਲਸ਼ਕਰੀ ਸੁੰਡੀ ਹੁੰਦੀ ਹੈ ਉਹ ਵੀ ਇਹਦੇ ਹੋਬੋ ਹੁੰਦੀ ਹੈ ਲੇਕਿਨ ਲਸ਼ਕਰੀ ਸੁੰਡੀ ਜਿਸ ਜਗ੍ਹਾ ਤੋਂ ਲੱਗਦੀ ਹੈ ਉਹ ਬਿਲਕੁਲ ਉਸੇ ਤਰੀਕੇ ਤੋੜ ਲੈਂ ਦੇ ਵਿੱਚ ਪਤਾ ਖਾਂਦੀ ਜਾਂਦੀ ਹੈ ਜਿਹੜੀ ਇਹ ਫਾਲ ਆਰਮੀ ਵਰਮ ਹੁੰਦੀ ਹੈ ਇਹ ਪੱਤੇ ਦੇ ਕਦੇ ਐਸਾਈਡ ਤੋਂ ਖਾਂਦੀ ਹੈ ਕਦੇ ਐਸਾਈਡ ਤੋਂ ਖਾਂਦੀ ਫਿਰ ਉਹ ਸਾਈਡ ਤੋਂ ਖਾਂਦੀ ਯਾਨੀ ਕਿ ਕਿਤਾਰ ਵਿੱਚ ਨਹੀਂ ਖਾਂਦੀ ਦੂਸਰੀ ਇਹਦੀ ਨਿਸ਼ਾਨੀ ਇਹ ਹੈ ਇਹ ਜਿਵੇਂ ਕਿ ਤੁਹਾਡੇ ਸਾਹਮਣੇ ਤਸਵੀਰ ਸ਼ੋ ਹੋ ਰਹੀ ਹੈ ਇਹਦੀ ਕਮਰ ਦੇ ਉੱਤੇ ਤੁਹਾਨੂੰ ਇਹ ਨੁਕਤੇ ਨਜ਼ਰ ਆਣਗੇ ਜਿੰਨਾਂ ਦਾ ਵਾਇਆ ਪੂਰੀ ਕਮਰ ਦੇ ਉੱਤੇ ਹੋਣਗੇ ਔਰ ਜਿੰਨਾ ਦਾ ਵਾਇਆ ਦੋ ਨੁਕਤਿਆਂ ਦਾ ਵਾਇਆ فاਸਲਾ ਇੱਕ ਦੂਏ ਤੋਂ ਜ਼ਿਆਦਾ ਹੋਵੇਗਾ ਔਰ ਉਸ ਤੋਂ ਅੱਗੇ ਜਿਹੜੇ ਦੋ ਨੁਕਤੇ ਆਣਗੇ ਉਹਨਾਂ ਦਾ فاਸਲਾ ਇੱਕ ਦੂਏ ਤੋਂ ਥੋੜਾ ਹੋਵੇਗਾ ਯਾਨਕਿ ਚਾਰ ਨੁਕਤੇ ਹੋਣਗੇ ਦੋਹਾਂ ਦਾ ਵਾਇਆ ਜ਼ਿਆਦਾ ਹੋਵੇਗਾ ਔਰ ਦੋਹਾਂ ਦਾ ਕਮ ਹੋਵੇਗਾ ਫਿਰ ਅੱਗੇ ਜਿਵੇਂ ਕਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਕਮਰ ਦੇ ਲਾਸਟ ਵਾਲੇ ਹਿੱਸੇ ਵਿੱਚ ਜਿਹੜੇ ਚਾਰ ਨਿਸ਼ਾਨ ਹੋਣਗੇ ਉਹ ਬਿਲਕੁਲ ਬਰਾਬਰ ਹੋਣਗੇ ਉਨ੍ਹਾਂ ਦਾ ਵਾਇਆ ਉਨ੍ਹਾਂ ਦਾ فاਸਲਾ ਬਿਲਕੁਲ ਬਰਾਬਰ ਹੋਏਗਾ ਯਾਨੀ ਕਿ ਬਿਲਕੁਲ ਬਰਾਬਰ ਹੋਏਗਾ ਉਨ੍ਹਾਂ ਦਾ ਵਾਇਆ ਚਾਰ ਜਿਹੜੇ ਨਿਸ਼ਾਨ ਲਾਸਟ ਵਾਲੇ ਹੋਣਗੇ ਔਰ ਦੂਸਰੀ ਇਹਦੀ ਨਿਸ਼ਾਨੀਏ ਆ ਕਿ ਜਿਹੜਾ ਇਹਦਾ ਮੂੰਹ ਹੈਗਾ ਅਗਰ ਇਹਨੂੰ ਤੁਸੀਂ ਉੱਤੂ ਦੇਖਸੋ ਤੇ ਵੀ ਦਾ ਨਿਸ਼ਾਨ ਹੋਵੇਗਾ ਵੀ ਦਾ ਨਿਸ਼ਾਨ ਨਜ਼ਰ ਆਵੇਗਾ ਮੂੰਹ ਤੇ ਔਰ ਲਾਸਟ ਵਾਲੇ ਆਵਾਜ਼ਾ ਨਿਸ਼ਾਨ ਨਜ਼ਰ ਆ ਰਹੇ ਜਿਹੜੇ ਬਿਲਕੁਲ ਬਰਾਬਰ ਹੋਣਗੇ ਇਹਨਾਂ ਦਾ فاਸਲਾ ਬਰਾਬਰ ਹੋਏਗਾ ਔਰ ਤੀਸਰੀ ਅਣੀ ਨਿਸ਼ਾਨੀ ਹੈ ਜੀ ਫਾਲ ਆਰਮੀ ਵਰਮ ਦੀ ਕਿ ਜਿਹੜੇ ਪੌਦੇ ਤੇ ਹੋਏਗੀ ਉਹਦੇ ਤੇ ਇਹਦਾ ਫੁਜ਼ਲਾ ਹੋਏਗਾ ਔਰ ਬੜਾ ਮੋਟਾ ਮੋਟਾ ਹਰ ਪੌਦੇ ਤੇ ਬੜਾ ਮੋਟਾ ਮੋਟਾ ਹੋਏਗਾ ਔਰ ਇਹਦਾ ਜਿਹੜਾ ਕੰਟਰੋਲ ਹੈ ਜਿਹੜਾ ਮੈਂ ਇਹਦੇ ਤੇ ਕੰਟਰੋਲ ਕੀਤਾ ਹੈ ਜਿਹੜੀ ਸਪਰੇ ਨਾਲ ਇਹ ਕੰਟਰੋਲ ਹੋਈ ਹੈ ਉਹ ਦੋਸਤੋ ਹੈ ਬਾયર ਕੰਪਨੀ ਦੀ ਰੀਜੈਂਟ ਬਾਇਰ ਕੰਪਨੀ ਦੀ ਰੀਜੈਂਟ ਜਿਹੜੀ ਸਪਰੇ ਹੈ ਉਹਦੇ ਨਾਲ ਇਹ ਬੜਾ ਅੱਛਾ ਕੰਟਰੋਲ ਹੋ ਜਾਂਦੇ ਤੇ ਔਰ ਅਗਰ ਤੁਸੀਂ ਇਹ ਨਹੀਂ ਸਮਝਣਾ ਕਿ ਮੈਂ ਰੀਜੈਂਟ ਜਾਂ ਬਾਇਰ ਦੀ ਕੋਈ ਦਵਾਈ ਵੇਚਣਾ ਚਾਹਣਾ ਤੁਸੀਂ ਜਨਾਬ ਆਪਣੇ ਫੀਲਡ ਅਫੀਸਰ ਨਾਲ رابطہ ਕਰਕੇ ਉਹਨੂੰ ਇਹ ਸੁੰਢੀ ਵਿਖਾ ਕੇ ਤੇ ਫਾਲ ਆਰਮੀ ਵਰਮ ਬੜੀ ਖਤਰਨਾਕੀ ਕਿਸਮ ਦੀ ਹੈ ਤੇ ਇਹ ਦਿਖਾ ਕੇ ਇਹਦਾ ਸਪਰੇ ਤੁਹਾਨੂੰ ਜਿਹੜਾ ਉਹ ਤਜਵੀਜ਼ ਕਰੇ ਤੁਸੀਂ ਉਹ ਕਰ ਸਕਦੇ ਹੋ ਔਰ ਮੈਂ ਇੰਦੇ ਨਾਲ ਰੀਜੈਂਟ ਨਾਲ ਇਹਨੂੰ ਕੰਟਰੋਲ ਕੀਤਾ ਹੈ ਔਰ ਇਹਦੇ ਨਾਲ ਬੜੀ ਬਿਹਤਰੀ ਨੇ ਕੰਟਰੋਲ ਇਨ ਦਾ ਵੈ ਤੇ ਮੈਂ ਤੁਹਾਨੂੰ ਦੋਸਤਾਂ ਨੂੰ ਇਹ ਵੀ مشورہ ਦੇਵਾਂਗਾ ਔਰ ਤੁਸੀਂ ਖੁਦ ਵੀ ਆਪਣੇ ਫੀਲਡ ਆਫੀਸਰ ਨਾਲ رابطہ ਕਰਕੇ ਇੰਦੀ ਸਪਰੇ ਜਿਹੜੀ ਤੁਹਾਨੂੰ ਤਜਵੀਜ਼ ਕਰੇ ਉਹ ਵੀ ਤੁਸੀਂ ਕਰ ਸਕਦੇ ਹੋ ਵੀਡੀਓ ਕੈਸੀ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਔਰ ਅੱਗੇ ਦੋਸਤਾਂ ਨਾਲ ਸ਼ੇਅਰ ਵੀ ਕਰਨੀ ਹੈ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਅਗਲੀ ਵੀਡੀਓ ਨਾਲ ਅੱਲਾਹ ਹਾਫਿਜ਼